ਲਾਹ ਰਹਿਮਾਨ ਰਹੀਮ ਸਾਰੇ ਸਜਣਾ ਮਿੱਤਰਾਂ ਬੇਲੀਆਂ ਨੂੰ ਤੇ ਜ਼ਿੰਮੇਦਾਰ ਭਰਾਵਾਂ ਨੂੰ ਅਸਲਾਮੁਅਲੈਕਮ ਗੱਲਾ ਮੰਡੀ ਚਿਸ਼ਤੀਆਂ ਤੋਂ ਮੈਂ ਆ ਬਾਬੂ ਮੁਹੰਮਦ ਅਸ਼ਰਫ ਗੱਲਾ ਮੰਡੀ ਚਿਸ਼ਤੀਆਂ ਤੇ ਆਸੇ ਪਾਸੇ ਦੀਆਂ ਮੰਡੀਆਂ ਦੇ ਰੇਟ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਆ ਤੇ ਜੇ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਕਿਉਂਕਿ ਮੰਡੀ ਤੇ ਜਦੋਂ ਵੀ ਰੇਟਾਂ ਦੀ ਕੋਈ ਅਪਡੇਟ ਆਉਂਦੀ ਹੈ ਅਸੀਂ ਤੁਹਾਡੇ ਵਾਸਤੇ ਇਸ ਚੈਨਲ ਤੇ ਅਪਲੋਡ ਕਰਦੇ ਆਂ ਸਭ ਤੋਂ ਪਹਿਲੇ ਗੱਲ ਕਰਦੇ ਆਂ ਆਪਾਂ ਦੇਸੀ ਕਪਾਹ ਦੀ ਦੇਸੀ ਕਪਾਹ ਦਾ ਰੇਟ ਜਿਹੜਾ ਉਹ ਅੱਜ ਇੱਥੇ ਚਿਸ਼ਤੀਆਂ ਮੰਡੀ 'ਚ ਰਿਹਾ ਜੀ 10000 ਤੋਂ ਲੈ ਕੇ 10600 700 ਰੁਪਏ ਫੀ 40 ਕਿਲੋ ਫੀ ਮੰਦਾ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੀ ਧਾਨ ਦੀ ਧਾਨ ਹੱਥ ਆਲਾ ਮਾਲ ਜਿਹਦੇ 'ਚ 17 18 ਧਾਨ ਕਾਇਨਾਤ ਉਹਦਾ ਰੇਟ ਅੱਜ ਰਿਹਾ ਜੀ ਮਸ਼ੀਨੀ ਮਾਲ ਜਿਹੜਾ ਉਸਦਾ ਰੇਟ 3300 ਰੁਪਏ ਤੋਂ ਲੈ ਕੇ 3700 3800 ਰੁਪਏ ਤੱਕ ਰਿਹਾ ਤੇ ਹੱਥ ਆਲਾ ਮਾਲ ਸਾਫ ਸੁਥਰਾ ਮਾਲ ਜਿਹੜਾ ਉਸਦਾ ਰੇਟ ਰਿਹਾ ਜੀ ਅੱਜ 37 3800 ਰੁਪਏ ਤੋਂ ਲੈ ਕੇ ਟਾਪ ਦੀਆਂ ਵਧੀਆ ਢੇਰੀਆਂ ਉਹ ਵਿਕੀਆਂ ਅੱਜ 4100 ਰੁਪਏ ਫੀ ਮਾਣ ਫੀ 40 ਕਿਲੋ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਜੀ ਜਨੂਬੀ ਪੰਜਾਬ ਦੀ ਖਾਸ ਫਸਲ ਨਰਮਾ ਜਿਹਨੂੰ ਆਪਾਂ ਆਮ ਦਫ਼ਜ਼ਾਂ ਚ ਕਪਾਹ ਵੀ ਕਹਿੰਨੇ ਆ ਤੇ ਕਪਾਹ ਦਾ ਅੱਜ ਰੇਟ ਰਿਆ ਜੀ ਸਭ ਤੋਂ ਪਹਿਲੇ ਹਰੂਨਾਬਾਦ ਮੰਡੀ ਦੇ ਵਿੱਚ ਰੇਟ ਨਿਕਲਿਆ ਤੇ ਉੱਥੇ ਜਿਹੜਾ ਰੇਟ ਰਿਆ ਉਹ ਤਕਰੀਬਨ 8500 8500 ਰੁਪਏ ਫੀ ਮਾਣ ਫੀ 40 ਕਿਲੋ ਰਿਆ ਉਸ ਤੋਂ ਬਾਅਦ ਗੱਲ ਕਰਦੇ ਆਂ ਜੀ ਜਜ਼ਮਾਨ ਮੰਡੀ ਦੀ ਜਜ਼ਮਾਨ ਮੰਡੀ ਦੀ ਕਪਾਹ ਜਿਹੜੀ ਉਹ ਵੀ ਅੱਛੀ ਕੁਆਲਿਟੀ ਦੀ ਕਪਾਹ ਹੁੰਦੀ ਆ ਉੱਥੇ ਜਿਹੜਾ ਆਮ ਰੇਟ 86 8600 ਰੁਪਏ ਪਰ ਜਿਹੜੀਆਂ ਚੰਗੀਆਂ ਵਧੀਆ ਤੇ ਟਾਪ ਦੀਆਂ ਢੇਰੀਆਂ ਉਹਨਾਂ ਦਾ ਰੇਟ ਰਿਹਾ ਜੀ 8700 ਰੁਪਏ ਉਸ ਤੋਂ ਬਾਅਦ ਗੱਲ ਕਰਦੇ ਆਂ ਜੀ ਫੋਰਟਾ ਬਾਸ ਮੰਡੀ ਦੀ ਫੋਰਟਾ ਬਾਸ ਮੰਡੀ 'ਚ ਅੱਜ ਜਿਹੜਾ ਜਨੂਬੀ ਪੰਜਾਬ ਦੀਆਂ ਮੰਡੀਆਂ 'ਚੋਂ ਰੇਟ ਸਭ ਤੋਂ ਜ਼ਿਆਦਾ ਰਿਹਾ 8750 ਰੁਪਏ ਤੱਕ ਨਰਮਾ ਵਿਕਿਆ ਸਪੈਸ਼ਲ ਚੰਗੀ ਕੁਆਲਿਟੀ ਦਾ ਨਰਮਾ ਤੇ ਉਸ ਤੋਂ ਬਾਅਦ ਗੱਲ ਕਰੀਏ ਚਿਸ਼ਤੀਆਂ ਗੱਲਾ ਮੰਡੀ ਦੀ ਚਿਸ਼ਤੀਆਂ ਗੱਲਾ ਮੰਡੀ ਚ ਨਰਮਾ ਜਿਹੜਾ ਅੱਜ 8500 ਰੁਪਏ ਤੋਂ ਲੈ ਕੇ 8600 ਰੁਪਏ ਤੱਕ ਸੇਲ ਹੋਇਆ ਤੇ ਐਸੀ ਜੀ ਅੱਜ ਦੀ ਅਪਡੇਟ ਤੇ ਇਸ ਦੇ ਨਾਲ ਹੀ ਦਿਓ ਇਜਾਜ਼ਤ ਫੇਰ ਮਿਲਾਂਗੇ ਨਵੀਂ ਅਪਡੇਟ ਲੈ ਕੇ ਉਦੋਂ ਤੱਕ ਲਈ ਅੱਲਾ ਹਫਜ਼